ਦੇਖੋ ਢੀਂਡਸਾ ਸਾਹਿਬ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਤੋਂ ਵੱਖ ਹੋਏ ਆ, ਉਹਨਾਂ ਕਿਹਾ ਕਿ ਬਾਦਲਾਂ ਨੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ। ਬਾਈਬਲ ਗੋਲੀ ਕਾਂਡ 'ਚ ਇਹਨਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ, ਗੁਰਮੀਤ ਰਾਮ ਰੀਮ ਨੂੰ ਜਿਹੜੀ ਇਹਨਾਂ ਨੇ ਜਿਹੜੀ ਮਾਫ਼ੀ ਦਿੱਤੀ ਆ, 328 ਸਰੂਪ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਉਹ ਗਾਇਬ ਹੋਏ ਆ। ਇਹ ਤਾਂ ਆਦਿਕ ਗੱਲਾਂ ਨੂੰ ਲੈ ਕੇ ਢੀਂਡਸਾ ਸਾਹਿਬ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੀ, ਉਹ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਕਾਇਮ ਨੇ। ਪਰ ਢੀਂਡਸਾ ਸਾਹਿਬ ਨੇ ਇੱਕ ਪੁੱਤ ਮੋਹ ਦੀ ਖਾਤਰ ਅਤੇ ਇੱਕ ਉਹਦੇ ਪੁੱਤ ਦੀ ਇੱਕ ਟਿਕਟ ਦੀ ਖਾਤਰ ਕੱਲ੍ਹ ਬਾਦਲਾਂ ਨਾਲ ਜਿਨ੍ਹਾਂ ਨੂੰ ਉਹ ਵੱਡੀਆਂ ਵੱਡੀਆਂ ਗਾਲਾਂ ਕੱਢਦੇ ਸੀ, ਵੱਡੇ ਵੱਡੇ ਦੋਸ਼ ਲਾਉਂਦੇ ਸੀ, ਉਹਨਾਂ ਦੇ ਨਾਲ ਹੀ ਮੁੜ ਜਿਹੜਾ ਵਾ ਉਹ ਗੋਡੇ ਟੇਕ ਕੇ ਅਤੇ ਉਹਨਾਂ ਦੇ ਨਾਲ ਉਹ ਸ਼ਾਮਿਲ ਹੋ ਗਏ ਆ। ਅਤੇ ਅਸੀਂ ਇਸ ਗੱਲ ਦੀ ਜਿਹੜੀ ਆ ਘੋਰ ਨਿੰਦਿਆ ਕਰਦੇ ਹਾਂ, ਸਾਨੂੰ ਬਹੁਤ ਵੱਡਾ ਦੁੱਖ ਆ ਅਤੇ ਉਹਨਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਵਾ, ਉੱਥੇ ਕੌਮ ਦੀਆਂ ਨਜ਼ਰਾਂ ਦੇ ਵਿੱਚ ਵੀ ਉਹਨਾਂ ਨੇ ਬੜਾ ਵੱਡਾ ਇੱਕ ਵਿਸ਼ਵਾਸਘਾਤ ਜਿਹੜਾ ਵਾ ਕੀਤਾ ਵਾ। ਢੀਂਡਸਾ ਸਾਹਿਬ ਕੇ ਜਾਣੇ ਕੇ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੋਈ ਕਮੀ ਹੋਗੀ ਮਹਿਸੂਸ? ਬਿਲਕੁਲ ਕਮੀ ਸ਼੍ਰੋਮਣੀ ਅਕਾਲੀ ਦਲ ਜੋ ਕਮੀ ਨਹੀਂ ਹੋਏਗੀ। ਜੋ ਗਦਾਰ ਕਿਸਮ ਕੇ ਲੋਕ ਥੇ, ਬੇਵਿਸ਼ਵਾਸੇ ਥੇ, ਗੈਰ ਸਿਧਾਂਤਕ ਥੇ, ਉਹ ਸਭੀ ਲੋਕ ਚਲੇ ਗਏ ਹੈ। ਜੋ ਲੋਕ ਅੱਬ ਬਚੇ ਹੈ ਉਹ ਪੰਥਕ ਲੋਕ ਹੈ। ਇਹਨਾਂ ਨੇ ਬਹੁਤ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ, ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਨੇ, ਅਕਾਲੀ ਦਲ ਲਈ ਇਹਨਾਂ ਸੰਘਰਸ਼ ਕੀਤੇ ਆ, ਪੰਥ ਲਈ ਸੰਘਰਸ਼ ਕੀਤੇ ਆ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾ ਕਾਫਲਾ ਸਗੋਂ ਪਹਿਲਾਂ ਨਾਲੋਂ ਵੀ ਵੱਡਾ ਬਣ ਕੇ ਪੰਜਾਬ ਦੇ ਵਿੱਚ ਉੱਭਰੇਗਾ, ਵੱਡੀ ਸ਼ਕਤੀ ਵਜੋਂ ਸਾਹਮਣੇ ਆਏਗਾ। ਇੱਕ ਆਪਣੇ ਇਹ ਵੀ ਬਾਤ ਕਹੀ ਸੀ ਕਿ ਉਨਕੋ ਭੇਜਨੇ ਕਾ ਕਾਰਨ ਬੀਜੇਪੀ ਥਾ, ਬੀਜੇਪੀ ਨੇ ਇਹ ਜੋ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਹੀਂ, ਉਹ ਤਾਂ ਬਾਜਵਾ ਸਾਹਿਬ ਨੇ ਦੱਸਤਾ ਵੀ ਉਹਨਾਂ ਦੇ ਆਪਣੇ ਪਰਸਨਲ ਵਿਚਾਰ ਆ, ਉਹਨਾਂ ਦਾ ਆਪਣਾ ਅੰਦਾਜ਼ਾ ਸੀ। ਸੋ ਗੱਲ ਇਹ ਆ, ਕਹੀ ਨਾ ਕਹੀ ਬਾਤ ਸਹੀ ਹੈ। ਇਹ ਮੇਰੀ ਗੱਲ ਸੁਣੋ, ਗੱਲ ਇਹ ਨਹੀਂ ਆ, ਗੱਲ ਤਾਂ ਇਹ ਆ ਕਿ ਉਹਨਾਂ ਨੂੰ ਵੇਖੋ ਇਸ ਵੇਲੇ ਸਿਰਫ ਇੱਕ ਪੁੱਤ ਦੀ ਖਾਤਰ ਉਹਨਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਜਿਹੜਾ ਵੇਚ ਕੇ ਅਤੇ ਇੱਕ ਟਿਕਟ ਦੀ ਖਾਤਰ ਬਾਦਲਾਂ ਨਾਲ ਮੁੜ ਰਲੇਵਾਂ ਕੀਤਾ ਵਾ। ਗੱਲ ਸਾਰੀ ਦਾ ਸਾਰੰਸ਼ ਇਹ ਆ, ਇਹਦੇ 'ਚ ਨਾ ਕੋਈ ਪੰਥ ਦੀ ਗੱਲ ਆ, ਨਾ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ। ਉਹਨਾਂ ਨੇ ਕਿਹਾ ਵੀ ਜਿਹੜਾ ਸੰਯੁਕਤ ਜਿਹੜਾ ਅਕਾਲੀ ਦਲ ਅਕਾਲੀ ਦਲ ਮੇ ਟਿਕਟ ਕੇ ਕਾਰਨ ਹੈ ਨਾ, ਜੋ ਇਲੈਕਸ਼ਨ ਆ ਰਹੇ ਉਸਕੋ ਲੇ ਕੇ, ਤੋ ਆ ਸੰਯੁਕਤ ਕਿਸਾਨ ਜੋ ਅਕਾਲੀ ਦਲ ਹੈ ਉਹ ਕਿਆ ਉਨਕੇ ਖਿਲਾਫ਼ ਕੋਈ ਕੈਂਡੀਡੇਟ ਖੜਾ ਕਰੇਗਾ? ਵੇਖੋ ਉਹ ਬਾਅਦ ਦੀਆਂ ਗੱਲਾਂ ਨੇ, ਹਾਲੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਜਿਹੜੀ ਸ਼ਕਤੀ ਆ, ਜੋ ਸਾਡੇ ਅਹੁਦੇਦਾਰ ਨੇ, ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਕਾਫਲਾ ਵੱਡਾ ਕਰਾਂਗੇ ਹਾਲ ਦੀ ਘੜੀ, ਉਸ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ। 15 ਤਰੀਕ ਨੂੰ ਇਸੇ ਕਰਕੇ ਅਸੀਂ ਅੰਮ੍ਰਿਤਸਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਜਿਹੜੀ ਆ ਮੀਟਿੰਗ ਬੁਲਾਈ ਆ, ਜਿਹੜੇ ਅਹੁਦੇਦਾਰ ਅੱਜ ਨਹੀਂ ਆ ਸਕੇ ਉਹ 15 ਦੀ ਮੀਟਿੰਗ 'ਚ ਸ਼ਾਮਿਲ ਹੋਣਗੇ। ਢੀਂਡਸਾ ਸਾਹਿਬ ਕੇ ਜਾਣੇ ਸੇ ਪਹਿਲੇ ਆਪਸੇ ਕੋਈ ਬਾਤਚੀਤ ਹੋਈ ਥੀ, ਕੋਈ ਚਰਚਾ ਹੋਈ ਥੀ? ਢੀਂਡਸਾ ਸਾਹਿਬ ਇੱਕੋ ਕਹਿੰਦੇ ਰਹੇ ਆ ਕਿ ਮੈਂ ਡੈਮੋਕਰੇਸੀ ਦਾ ਹਮਾਇਤੀ ਹਾਂ, ਲੋਕਤੰਤਰ ਦਾ ਹਮਾਇਤੀ ਹਾਂ, ਅਤੇ ਅਕਾਲੀ ਦਲ ਦੀਆਂ ਜੋ ਲੀਡਰਸ਼ਿਪ ਦੀਆਂ ਭਾਵਨਾ ਉਹਦੇ ਅਨੁਸਾਰ ਹੀ ਫੈਸਲੇ ਲਊਂਗਾ। ਪਰ ਉਹਦੇ ਚੋਰਾਂ ਦੀ ਤਰ੍ਹਾਂ ਭੱਜ ਗਏ ਸਾਰੀ ਲੀਡਰਸ਼ਿਪ ਨੂੰ ਛੱਡ ਕੇ, ਸ੍ਰੀ ਅਕਾਲ ਤਖਤ ਸਾਹਿਬ 'ਤੇ ਉਹਨਾਂ ਸਹੁੰ ਖਾਧੀ ਸੀ ਕਿ ਬਾਦਲਾਂ ਦੇ ਨਾਲ ਕਦੇ ਮੈਂ ਹੱਥ ਨਹੀਂ ਮਿਲਾਊਂਗਾ, ਮੈਂ ਸ਼੍ਰੋਮਣੀ ਅਕਾਲੀ ਦਲ ਯਾਦ ਕਰਾਊਂਗਾ ਬਾਦਲਾਂ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਦ ਕਰਾਊਂਗਾ। ਅੱਜ ਉਹ ਕਿੱਥੇ ਗੱਲਾਂ ਗਈਆਂ? ਜਿਹੜਾ ਬੰਦਾ ਕਾਲ ਤੱਕ ਸਭ ਤੇ ਸੋਹਾਂ ਖਾ ਕੇ ਭਗੌੜਾ ਹੋ ਸਕਦਾ, ਉਹਦਾ ਕੀ ਕਿਰਦਾਰ ਹੋ ਸਕਦਾ? ਜਦੋਂ ਕੱਲ ਮਿਲਿਆ ਹੋਇਆ, ਜਦੋਂ ਇਹ ਸਾਰਾ ਹੋਇਆ, ਉਸ ਤੋਂ ਪਹਿਲਾਂ ਤੁਹਾਨੂੰ ਇੱਕ ਉਸ ਤੋਂ ਪਹਿਲਾਂ ਤੁਹਾਨੂੰ ਬਿਲਕੁਲ ਹੀ ਪਤਾ ਨਹੀਂ ਸੀ ਉਹਨਾਂ ਨੇ ਉੱਧਰ ਜਾ ਰਹੇ ਵੇਖੋ
ਅੱਜ ਦੇ ਤੌਰ 'ਤੇ ਅਸੀਂ ਵਿਸ਼ੇਸ਼ ਤੌਰ 'ਤੇ ਸਮੁੱਚੀ ਸਿੱਖ ਕੌਮ ਨੂੰ ਭਾਵੇਂ ਸਾਡੇ NRI ਭਰਾ ਨੇ, ਭਾਵੇਂ ਸੰਤ ਮਹਾਂਪੁਰਸ਼ ਨੇ, ਭਾਵੇਂ ਪੰਥਕ ਜਥੇਬੰਦੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਆ, ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਉਹ ਵੱਧ ਚੜ੍ਹ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ। ਜੋ ਵੀ ਕਿਸਾਨਾਂ ਨੂੰ ਜੇ ਲੰਗਰ ਦੀ ਲੋੜ ਆ, ਕੱਪੜੇ ਦੀ ਲੋੜ ਆ, ਟੈਂਟਾਂ ਦੀ ਲੋੜ ਆ, ਉੱਥੇ ਜਿਹੜਾ ਵਾ ਉਹਨਾਂ ਨੂੰ ਜਿਹੜੀ ਆ ਕਰਵਾਈ ਜਾਵੇ ਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾਵੇ।